जी अस्सलाम वालेकुम दोस्तों, मैं थोड़ा दोस्त राया सिफ जावेद खरल आज एक थोड़े नाल दोबारा हाजिर जनाब चंद होने की हाजिरी। उस तो पहले जनाब जगह वेखो, जी दोस्तों जनाब के मेरा हाल सबूत है, उजड़न दा आगाज भी मैं अंजाम भी मैं। मेरा हाल सबूत है, उजड़न दा आगाज भी मैं अंजाम भी मैं। बंदे जानते हैं पहचान दे नहीं, मशहूर भी मैं गुमनाम भी मैं। ओ नहीं मिलिया मत मिल गई है, कामयाब भी मैं नाकाम भी मैं। मेड शाकिर गुना हिन गर्दन ताई, मासूम भी मैं बदनाम भी मैं। के दुख किड़ किड़ शाकिर मुलक नू दसीए, वस डाढ़िया दे पै गए हाँ। ਭਾਵੇਂ ਦੁੱਖ ਔਕਾਤ ਤੂੰ ਢੇਰ ਵੀ ਹਨ, ਕੋਈ ਇੰਜ ਦੇ ਸਾਬਿਰ ਥਾਂ ਹਾਂ। ਅਸਾਂ ਕਈ ਦਾ ਸ਼ਿਕਵਾ ਨਹੀਂ ਕੀਤਾ, ਅਸਾਂ ਕਈ ਦਾ ਸ਼ਿਕਵਾ ਨਹੀਂ ਕੀਤਾ। ਘਰੇ ਆਪਣੇ ਰੋਂਦੇ ਰਹੇ ਹਾਂ, ਬੰਦੇ ਸੁਣਿਆ ਨਿਖੜ ਕੇ ਜੀ ਨਹੀਂ ਸਕਦੇ, ਆਏ ਵੇਖ ਲੈ ਜੀਂਦੇ ਪਏ ਹਾਂ। ਜੀ ਜਨਾਬ ਕੇ ਕੱਲ੍ਹ ਸ਼ਹਿਰ 'ਤੇ ਡੇ ਇੱਕ ਸ਼ਖਸ ਮਿਲੇ, ਜਿਹੜਾ ਮਨ ਤਕਦੀਰਾਂ ਰੋਂਦਾ ਹਾ। ਕੱਲ੍ਹ ਸ਼ਹਿਰ 'ਤੇ ਡੇ ਇੱਕ ਸ਼ਖਸ ਮਿਲੇ, ਜਿਹੜਾ ਮਨ ਤਕਦੀਰਾਂ ਰੋਂਦਾ ਹਾ। ਹਾਈ ਹੱਥ 'ਚ ਖੱਤ ਕੇ ਸੰਗ ਦਿਲ ਦਾ, ਪੜ ਪੜ ਤਹਿਰੀਰਾਂ ਰੋਂਦਾ ਹਾ। ਕਦੀ ਬਹਿ ਵਹਿੰਦਾ ਹਾ ਖਾਕ ਉੱਤੇ, ਵਤ ਮਾਰ ਲਕੀਰਾਂ ਰੋਂਦਾ ਹਾ। ਹਾ ਸ਼ਾਕਿਰ ਕਹੀਂ ਦੀ ਤਾਂਗ ਦੇ ਵਿੱਚ ਚੁੰਮ ਚੁੰਮ ਤਸਵੀਰਾਂ ਰੋਂਦਾ ਹਾ। ਕਿ ਜੇ ਤੰਗ ਹੋਵੇਂ ਸਾਡੀ ਜ਼ਾਤ ਕਿਨੂੰ, ਡੇ ਸਾਫ ਡਸਾ ਤੇਰੀ ਜਾਨ ਛੁੱਟੇ। ਰੱਬ ਤੂੰ ਮੰਗੀ ਜ਼ਾਇਆ ਨਹੀਂ ਥੀਂਦੀ, ਮੰਗ ਡੇਖ ਦੁਆ ਤੇਰੀ ਜਾਨ ਛੁੱਟੇ। ਤੈਕੂ ਪਿਆਰ ਕੀ ਤੁਮ ਤੇਰਾ ਮੁਜਰਿਮ ਹਾਂ, ਡੇ ਸਖਤ ਸਜ਼ਾ ਤੇਰੀ ਜਾਨ ਛੁੱਟੇ। ਐਵੇਂ ਮਾਰ ਨਾ ਸ਼ਾਕਿਰ ਕਿਸਤਾਂ ਵਿੱਚ, ਯਕ ਮੁਸ਼ਤ ਮੁਕਾ ਤੇਰੀ ਜਾਨ ਛੁੱਟੇ। ਕਿ ਤੈਕੂ ਕਹਿ ਆਖਿਆ ਤੂੰ ਨਾਕ ਕੂ ਪਾ ਲੇ, ਦੁਸ਼ਮਣ ਦਾ ਹਥਿਆਰ ਆਉਂਦੇ ਨੇ। ਤੈਕੂ ਕਹਿ ਆਖਿਆ ਤੂੰ ਨਾਕ ਕੂ ਪਾ ਲੇ, ਦੁਸ਼ਮਣ ਦਾ ਹਥਿਆਰ ਆਉਂਦੇ ਨੇ। ਸੱਜਣ ਨਹੀਂ ਕਹਿੰਦੇ ਬਣ ਸਕਦੇ, ਤਲਵਾਰ ਹੁੰਦੇ ਨੇ। ਇਹ ਜੋਗੀਆਂ ਕੋਲ ਵੀ ਡੰਗ ਹਿੰਦੇ ਨੇ, ਇਹ ਨਾ ਕਾਬਿਲ ਇਤਬਾਰ ਹੁੰਦੇ ਨੇ। ਤੂੰ ਸ਼ਾਕੀ ਰਸਲੂ ਕਮਲਾ ਹੈ, ਭਲਾ ਨਾਂਗ ਵੀ ਕਹਿੰਦੇ ਯਾਰ ਹੁੰਦੇ ਨੇ। ਤੂੰ ਸ਼ਾਕੀ ਰਸਲੂ ਕਮਲਾ ਹੈ, ਭਲਾ ਨਾਂਗ ਵੀ ਕਹਿੰਦੇ ਯਾਰ ਹੁੰਦੇ ਨੇ। ਕਿ ਸਾਡਾ ਜ਼ਰਫ ਸ਼ਿਕਵਾ ਸੱਜਣਾ ਦਾ, ਕਾਸਿਮ ਸਾਂਦੇ ਕੋਈ ਨਾ। ਦੁੱਖ ਸੱਜਣ ਦਾ ਸੁਣ ਕੇ ਬਾਜ ਪਵਣਾ, ਘਰ ਸੁਣ ਕੇ ਬਾਂਦੇ ਕੋਈ ਨਾ। ਅਤੇ ਅਸਾਂ ਆਪਣੀ ਬਾਲ ਕੇ ਬੈਠੇ ਹਾਂ, ਗਰੂ ਕਈ ਦੇ ਖਾਂਦੇ ਕੋਈ ਨਾ। ਅੱਲਾ ਪਾਕ ਦੇ ਹੱਥੇ ਇੱਜ਼ਤ ਜ਼ਿਲਤ ਮਖਲੂਕ ਟੁੱਟਾਂਦੇ ਕੋਈ ਨਾ। ਜਨਾਬ ਕੇ ਖੱਤ ਵੱਤ ਰੰਗੀਨ ਅਬਾਰਤਾਂ ਦੇ, ਮੈਨੂੰ ਤੂੰ ਠੱਗਬਾਜ਼ ਨਾ ਲਿਖੀ। ਖੱਤ ਵੱਤ ਰੰਗੀਨ ਅਬਾਰਤਾਂ ਦੇ, ਮੈਨੂੰ ਤੂੰ ਠੱਗਬਾਜ਼ ਨਾ ਲਿਖੀ। ਦਿਲਚਸਪ ਕਹਾਣੀ ਉਲਫਤ ਦੀ ਦਿਲਕਸ਼ ਅੰਦਾਜ਼ ਨਾ ਲਿਖੀ। ਅਤੇ ਮੈਂਡੇ ਨਾਂ ਨਾਲ ਆਪਣੇ ਨਾਂ ਅੱਲਾ, ਮੈਨੂੰ ਕੋਈ ਐਜ਼ਾਜ਼ ਨਾ ਲਿਖੀ। ਹੁਣ ਮਹਿੰਦੀ ਹੋਰ ਕਿਸੇ ਦੀ ਏ, ਹੁਣ ਹੱਥ 'ਤੇ ਰਾਜ਼ ਨਾ ਲਿਖੀ। ਹੁਣ ਮਹਿੰਦੀ ਹੋਰ ਕਿਸੇ ਦੀ ਏ, ਹੁਣ ਹੱਥ 'ਤੇ ਰਾਜ਼ ਨਾ ਲਿਖੀ। ਬੜੀ ਮਿਹਰਬਾਨੀ ਜਨਾਬ, ਤੁਸੀਂ ਗੈਸ ਕਰਨਾ ਕਿ ਇਹ ਕਿਹੜੀ ਜਗ੍ਹਾ ਸੀ? ਪਾਕਿਸਤਾਨ ਪੰਜਾਬ ਵਿੱਚ ਇਹ ਕਿਹੜੀ ਜਗ੍ਹਾ ਸੀ? ਤੁਸੀਂ ਜਨਾਬ ਗੈਸ ਕਰਕੇ ਦੱਸਣਾ, ਵੇਖ ਲਓ। ਗੈਸ ਕਰਨਾ ਹੈ ਦੋਸਤੋ, ਗੈਸ ਕਰਕੇ ਕਮੈਂਟ ਜ਼ਰੂਰ ਦੱਸਣਾ ਹੈ। ਅਤੇ ਚੈਨਲ ਵੀ ਮੇਰਾ ਰਾਏ ਆਸਿਫ ਜਾਵੇਦ ਜ਼ਰੂਰ ਸਬਸਕ੍ਰਾਈਬ ਕਰਨਾ, ਬੜੀ ਮਿਹਰਬਾਨੀ। ਅਤੇ ਲਵ ਯੂ ਆਲ, ਅੱਲਾ ਹਾਫਿਜ਼। अगर आपने अभी तक मेरा YouTube चैनल सब्सक्राइब नहीं किया तो लाल रंग के लिखे सब्सक्राइब पर क्लिक करें और साथ बेल आइकन पर भी क्लिक कर लें, अपनी फरमाइशी वीडियो बनवाने के लिए।